ਅੱਜ ਅਸੀਂ ਕਲੂਰੀ ਬਾਰਡਰ 'ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਅਸੀਂ ਖੜਨ ਵਾਸਤੇ ਉਹਨਾਂ ਦੇ ਸਮਰਥਨ ਦੇਣ ਵਾਸਤੇ ਪਹੁੰਚੇ ਹਾਂ। ਪਿਛਲੇ ਇਤਿਹਾਸ ਤੋਂ ਅਸੀਂ ਜਿਸ ਤਰ੍ਹਾਂ ਨਵਾਬ ਛੋਟੇ ਸਾਹਿਬਜ਼ਾਦੇ ਨੇ ਜਹਾਦ ਦਾ ਨਾਮ ਮਾਰਿਆ, ਜਹਾਦ ਦਾ ਨਾਰਾ ਮਾਰਿਆ ਸੀ, ਉਸੇ ਤਰ੍ਹਾਂ ਅਸੀਂ ਭਾਈਚਾਰਾ ਕਿਸਾਨਾਂ ਦੇ ਹਾਂ ਨਾਰਾ ਮਾਰ ਕੇ ਅਸੀਂ ਇਹਨਾਂ ਦੇ ਹਾਂ ਨਾਰੇ ਨੂੰ ਏਕਤਾ ਜਿਹੜੇ ਮਜ਼ਬੂਤ ਏਕਤਾ ਜਿੰਦਾਬਾਦ ਦੇ ਨਾਰੇ ਹੋਰ ਵੀ ਬੁਲੰਦ ਕਰਾਂਗੇ। ਇਹਨਾਂ ਵੀਰਾਂ ਵੱਲੋਂ ਅਰਦਾਸ ਕੀਤੀ ਗਈ, ਇਹ ਬੜੀ ਜਿਹੜਾ ਸਾਨੂੰ ਦਿਲ ਨੂੰ ਅੱਜ ਖੁਸ਼ੀ ਮਿਲੀ ਆ ਵੀ ਵੀਰਾਂ ਵੱਲੋਂ ਇੱਥੇ ਸਾਡੀ ਅਰਦਾਸ ਵੀ ਕੀਤੀ ਗਈ ਅਤੇ ਨਾਲ ਵੀਰਾਂ ਵੱਲੋਂ ਲੰਗਰ ਵੀ ਲੈ ਕੇ ਆਇਆ ਗਿਆ ਅਤੇ ਵੀਰਾਂ ਵੱਲੋਂ ਅੱਗੇ ਵੀ ਪੂਰਾ ਸਹਿਯੋਗ ਦੇਣ ਦਾ ਸਾਨੂੰ ਵਿਸ਼ਵਾਸ ਪੈ ਗਿਆ। ਹਾਂਜੀ, ਅੱਜ ਮੁਸਲਿਮ ਭਾਈਚਾਰਾ ਵੱਡੀ ਗਿਣਤੀ ਵਿੱਚ ਇੱਥੇ ਆਇਆ ਖਨੌਰੀ ਬਾਰਡਰ, ਅਤੇ ਕਿਸਾਨ ਵੀਰਾਂ ਨਾਲ ਤੁਸੀਂ ਬੈਠ ਕੇ ਉਹਨਾਂ ਨਾਲ ਅਰਦਾਸ ਵੀ ਕੀਤੀ, ਕੀ ਕਹਿਣਾ ਚਾਹੋਗੇ? ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਮੈਂ ਸ਼ੁਰੂ ਕਰਦਾ ਅੱਲਾਹ ਦੇ ਨਾਮ 'ਤੇ ਜੋ ਬੜਾ ਮਿਹਰਬਾਨ ਨਾਇਕ ਰਹਿਣ ਵਾਲਾ ਹੈ। ਅੱਜ ਮੈਂ ਦਿਲਬਰ ਖਾਨ ਬਾਦਸ਼ਾਹਪੁਰ, ਮਦਲੀ ਸਹਿਰਾਰ ਇਸਲਾਮ ਹਿੰਦ ਪ੍ਰਧਾਨ, ਜ਼ਿਲ੍ਹਾ ਪਟਿਆਲਾ। ਅੱਜ ਅਸੀਂ ਕਲੂਰੀ ਬਾਰਡਰ 'ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਅਸੀਂ ਖੜਨ ਵਾਸਤੇ ਉਹਨਾਂ ਦਾ ਸਮਰਥਨ ਦੇਣ ਵਾਸਤੇ ਪਹੁੰਚੇ ਹਾਂ। ਅਸਲੀ ਮੁਸਲਿਮ ਭਾਈਚਾਰਾ ਦੇ ਲਈ ਸਾਡੇ ਕਿਸਾਨ ਭਰਾਵਾਂ ਦੀ ਅਰਦਾਸ ਕਰਦੇ ਹਾਂ ਕਿ ਜਿਹੜਾ ਇਹਨਾਂ ਦੇ ਹੱਕੀ ਮੰਗਾਂ ਨੇ ਉਹਨਾਂ ਨੂੰ ਵੀ ਸੈਂਟਰ ਦੀ ਜ਼ਾਲਮ ਸਰਕਾਰ ਉਹ ਪੂਰਾ ਕਰੇ ਅਤੇ ਇਹਨਾਂ ਨੂੰ ਬਣਦੇ ਹੱਕ ਦਿੱਤੇ ਜਾਣ। ਇਸਦੇ ਲਈ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਅਤੇ ਜਿੱਥੇ ਵੀ ਹੋ ਸਕੇ ਇਹਨਾਂ ਦੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਜਿਸ ਤਰ੍ਹਾਂ ਆ ਪਹਿਲਾਂ ਦੀ ਪਿਛਲੇ ਇਤਿਹਾਸ ਤੋਂ ਅਸੀਂ ਦੇਖ ਲਈਏ, ਜਿਸ ਤਰ੍ਹਾਂ ਨਵਾਬ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ 'ਤੇ ਹਾਂ ਦਾ ਨਾਂ ਮਾਰਿਆ, ਹਾਂ ਦਾ ਨਾਰਾ ਮਾਰਿਆ ਸੀ, ਉਸੇ ਤਰ੍ਹਾਂ ਅਸੀਂ ਮੁਸਲਿਮ ਭਾਈਚਾਰਾ ਕਿਸਾਨਾਂ ਦੇ ਵੀ ਹਾਂ ਦੇ ਹਾਂ ਨਾਰਾ ਮਾਰ ਕੇ ਅਸੀਂ ਇਹਨਾਂ ਦੇ ਹਾਂ ਨਾਰੇ ਨੂੰ ਏਕਤਾ ਜਿਹੜੇ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਰੇ ਨੂੰ ਹੋਰ ਵੀ ਬੁਲੰਦ ਕਰਾਂਗੇ। ਜੀ, ਸ਼ੁਕਰੀਆ। ਜੀ, ਖਨੌਰੀ ਬਾਰਡਰ ਦੇਖ ਰਿਹਾ ਸੀ, ਬਹੁਤ ਹੀ ਖੂਬਸੂਰਤ ਤਸਵੀਰ ਦੇਖਣ ਨੂੰ ਮਿਲ ਰਹੀ ਹੈ, ਮੁਸਲਿਮ ਅਤੇ ਸਿੱਖ ਭਾਈਚਾਰਾ ਦੀ ਜਿਹੜੀ ਏਕਤਾ ਦੇਖਣ ਨੂੰ ਮਿਲੀ ਹੈ। ਦੇਖੋ, ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮੁਸਲਮਾਨ ਵੀਰ ਸਾਡੇ ਹੱਕ ਦੇ ਵਿੱਚ ਆਏ ਨੇ, ਕਿਸਾਨੀ ਦੇ ਹੱਕ ਦੇ ਵਿੱਚ ਆਏ ਨੇ, ਅਤੇ ਜਿਹੜੀ ਇਸ ਜਿਹੜੀ ਧਰਮਾਂ ਸਾਡੇ ਧਰਮਾਂ ਦੀ ਸਾਂਝ ਹੈ ਇਹਦੇ ਵਿੱਚ ਅੱਜ ਹੋਰ ਬਲ ਮਿਲਿਆ ਹੈ। ਜੋ ਸਰਕਾਰਾਂ ਦੀਆਂ ਚਾਲਾਂ ਨੇ ਸਾਨੂੰ ਧਰਮਾਂ ਦੀ ਲੜਾਈ ਧਰਮਾਂ ਦੇ ਨਾਂ 'ਤੇ ਸਾਨੂੰ ਲੜਾਇਆ ਜਾਂਦਾ, ਅੱਜ ਵੀਰਾਂ ਵੱਲੋਂ ਇੱਥੇ ਧਰਨੇ ਦੇ ਵਿੱਚ ਪਹੁੰਚ ਕੇ ਅਰਦਾਸ ਕੀਤੀ ਗਈ ਕਿਸਾਨੀ ਮੰਗਾਂ ਨੂੰ ਲੈ ਕੇ ਸਰਕਾਰ ਦੀ ਜਿਹੜੀ ਸਾਡੀ ਸਰਕਾਰ ਕਿਸਾਨਾਂ ਦੀ ਆਪਣੇ ਜਿਹੜੀ ਸਾਡੀਆਂ ਮੰਗਾਂ ਮੰਨੇ। ਸੋ ਇਹਨਾਂ ਵੀਰਾਂ ਵੱਲੋਂ ਅਰਦਾਸ ਕੀਤੀ ਗਈ, ਇਹ ਬੜੀ ਜਿਹੜਾ ਸਾਨੂੰ ਦਿਲ ਨੂੰ ਅੱਜ ਖੁਸ਼ੀ ਮਿਲੀ ਆ ਵੀ ਵੀਰਾਂ ਵੱਲੋਂ ਇੱਥੇ ਸਾਡੀ ਅਰਦਾਸ ਵੀ ਕੀਤੀ ਗਈ ਅਤੇ ਨਾਲ ਵੀਰਾਂ ਵੱਲੋਂ ਲੰਗਰ ਵੀ ਲੈ ਕੇ ਆਇਆ ਗਿਆ ਅਤੇ ਵੀਰਾਂ ਵੱਲੋਂ ਅੱਗੇ ਵੀ ਪੂਰਾ ਸਹਿਯੋਗ ਦੇਣ ਦਾ ਸਾਨੂੰ ਵਿਸ਼ਵਾਸ ਦਵਾਇਆ ਗਿਆ। ਇਹ ਜਿਹੜੀ ਸਾਡੀ ਏਕਤਾ ਦਾ ਪ੍ਰਤੀਕ ਹੈ ਜਿਹੜਾ ਅਸੀਂ ਧਰਮਾਂ ਦੇ ਨਾਂ 'ਤੇ ਸਰਕਾਰਾਂ ਸਾਨੂੰ ਵੰਡਿਆ, ਅੱਜ ਜਿਹੜਾ ਗਰਾਊਂਡ 'ਤੇ ਜਿਹੜੀ ਜਿਹੜਾ ਅੱਜ ਤਸਵੀਰ ਇਹ ਹੈ ਵੀ ਅਸੀਂ ਸਾਰੇ ਇੱਕ ਹੈ, ਇਹ ਕਿਸਾਨੀ ਦਾ ਧਰਨਾ ਹੈ, ਇਹਦੇ 'ਚ ਹਰੇਕ ਧਰਮ ਸਾਡਾ ਸਾਥ ਦੇ ਰਿਹਾ ਆ ਅਤੇ ਅੱਗੇ ਵੀ ਜਿਹੜੇ ਸਰਕਾਰਾਂ ਦੀਆਂ ਚਾਲਾਂ ਤੋਂ ਪਾਸੇ ਹਟ ਕੇ ਸਾਡੇ ਨਾਲ ਸਾਰੇ ਵੀਰਾਂ ਵੱਲੋਂ ਆਖਿਆ ਗਿਆ ਵੀ ਅਸੀਂ ਜਿਹੜੀ ਏਕਤਾ ਹੈ ਇਹਨੂੰ ਕਾਇਮ ਰੱਖਾਂਗੇ।